ਅੱਜ ਅਸੀਂ ਕਹਿੰਦੇ ਹਾਂ ਜਿਹੜੇ ਹਾਲਾਤ ਸਾਡੇ ਵਿਗੜੇ ਹੋਏ ਨੇ, ਕਈ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਵੀ ਕਿਸੇ ਦੀ ਧੀ ਨੇ ਆਪਣੇ ਪਿਓ ਦੀ ਪੱਗ ਰੋਲ ਦਿੱਤੀ, ਮਾਪਿਆਂ ਦੀ ਇੱਜ਼ਤ ਰੋਲ ਦਿੱਤੀ। ਹੁਣ ਬਹੁਤੀ ਵਾਰੀ ਉਸ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਸਾਡੀ ਧੀ ਜਾਂ ਸਾਡੀ ਭੈਣ ਗਲਤ ਰਸਤੇ ਤੁਰ ਗਈ, ਪਰ ਉਸ ਭੈਣ ਨਾਲ ਪੜ੍ਹਨ ਵਾਲੀਆਂ ਕੁੜੀਆਂ ਨੂੰ ਪਤਾ ਹੁੰਦਾ। ਉਸ ਪਿੰਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਤਾ ਹੁੰਦਾ ਵੀ ਆਹ ਕੁੜੀ ਦੀਆਂ ਆਹ ਗੱਲਾਂ ਸੁਣਦੇ ਆ, ਪਰ ਕੀ ਕਦੇ ਕਿਸੇ ਦੀ ਧੀ ਭੈਣ ਬਾਰੇ ਜਦੋਂ ਸਾਨੂੰ ਮਾੜੀ ਖਬਰ ਸੁਣਦੀ ਆ, ਗੱਲ ਅਸੀਂ ਕੰਨਾਂ ਤੱਕ ਪਹੁੰਚਦੀ ਉੜਦੀ ਉੜਦੀ, ਕੀ ਸਾਡੇ ਅੰਦਰ ਦਰਦ ਪੈਦਾ ਹੋਇਆ ਵੀ ਯਾਰ ਆਹ ਤਾਂ ਗਲਤ ਹੋ ਰਿਹਾ? ਲੋਕ ਚਸਕੇ ਲੈ ਲੈ ਗੱਲਾਂ ਕਰਦੇ ਆ ਤੇ ਸੁਣਦੇ ਆ, ਕਦੇ ਉਸ ਬੱਚੀ ਦੀ ਗੱਲ ਸੁਣ ਕੇ ਸਾਡੇ ਅੰਦਰ ਤੂਫਾਨ ਉੱਠਿਆ ਵੀ ਯਾਰ ਇਹ ਤਾਂ ਸਾਡੇ ਪਿੰਡ ਦੀ ਇੱਜ਼ਤ ਹੈ, ਇਹ ਤਾਂ ਫਲਾਣਿਆਂ ਦੀ ਧੀ ਨਹੀਂ ਤਾਂ ਸਾਡੀ ਧੀ ਹੈ, ਆਪਾਂ ਉਸ ਬੱਚੀ ਨੂੰ ਸਮਝਾਈਏ, ਉਸ ਕੁੜੀ ਕੋਲੇ ਜਾ ਕੇ ਸਮਝਾਉਣ ਦੇ ਵੀ ਨਾ ਧੀ ਇਹ ਤੇਰੇ ਬਾਰੇ ਆਹ ਗੱਲਾਂ ਸੁਣਦੇ ਆ, ਪੁੱਤ ਜੇ ਕੱਲ੍ਹ ਨੂੰ ਤੇਰੇ ਪਿਓ ਨੂੰ ਆਹ ਗੱਲ ਪਤਾ ਲੱਗੂ, ਤੇਰਾ ਪਿਓ ਮੂੰਹ ਦਿਖਾਉਣ ਜੋਗਾ ਰਹਿ ਜੂ ਕਿਸੇ ਕੋਲੇ? ਕੱਲ੍ਹ ਨੂੰ ਤੇਰੇ ਭਰਾ ਨੂੰ ਇਹ ਗੱਲ ਪਤਾ ਲੱਗੂਗੀ ਤੇ ਮੂੰਹ ਦਿਖਾਉਣ ਜੋਗਾ ਰਹਿ ਜੂ ਭਰਾ ਤੇਰਾ? ਤੇਰੀ ਮਾਂ ਦੇ ਦਿਲ ਤੇ ਕੀ ਬੀਤੂ? ਜਿਹੜੇ ਮਾਂ ਪਿਓ ਭਰਾ ਤੈਨੂੰ ਪੜ੍ਹਨ ਭੇਜਦੇ ਆ, ਕਿੱਡੇ ਕਿੱਡੇ ਸੁਪਨੇ ਦੇਖੀ ਬੈਠੇ ਤੇਰੇ ਬਾਰੇ ਉਹ, ਤੇ ਤੂੰ ਸਕੂਲ ਚ ਕੇ ਕਾਲਜ ਚ ਕੇ ਆ ਪੁੱਠੇ ਕੰਮ ਕਰਦੀ ਆ, ਤੇ ਤੇਰੇ ਮਾਂ ਪਿਓ ਤਾਂ ਜਾਣ ਜੋਗਾ ਨਹੀਂ ਰਹਿਣਾ, ਤੇਰੇ ਨਾਨਕੇ ਦਾਦਕੇ ਕਿਹਨੂੰ ਮੂੰਹ ਦਿਖਾਉਣਗੇ? ਆਪਦੀ ਧੀ ਬਣ ਕੇ ਸਮਝਾਇਆ ਕਦੇ? ਕਿਸੇ ਨੌਜਵਾਨ ਨੂੰ ਪਤਾ ਲੱਗਿਆ ਤੇ ਉਹਨੇ ਆਪਦੀ ਭੈਣ ਜਾਣ ਕੇ ਸਮਝਾਇਆ ਵੀ ਭੈਣੇ ਤੇਰੇ ਬਾਰੇ ਮੈਂ ਆਹ ਗੱਲ ਸੁਣੀ ਆ, ਚਾਹੇ ਤਾਂ ਸੁਧਰ ਜਾ ਨਹੀਂ ਤੇਰੇ ਘਰੇ ਜਾ ਕੇ ਦੱਸੂਗਾ। ਨਹੀਂ ਸੁਧਰਦੀ ਦਿਸ ਰਹੀ ਉਹ ਬੱਚੀ ਤੇ ਆਪਣਾ ਫਰਜ਼ ਨਹੀਂ ਬਣਦਾ ਉਹਦੇ ਘਰੇ ਜਾ ਕੇ ਦੱਸੀਏ ਭਾਈ ਅੱਗ ਲੱਗੇ ਇਹੋ ਜਿਹੀ ਪੜ੍ਹਾਈ ਨੂੰ, ਆਪਦੀ ਕੁੜੀ ਨੂੰ ਘਰੇ ਬਿਠਾ ਲਓ, ਬਚ ਜਾਂਦੀ ਸੀ ਮਾਪਿਆਂ ਦੀ ਇੱਜ਼ਤ, ਬਹੁਤ ਘਰ ਬਰਬਾਦ ਹੋਣ ਤੋਂ ਬਚ ਜਾਂਦੇ ਜੇ ਅਸੀਂ ਜ਼ਿੰਮੇਵਾਰੀ ਸਮਝੇ। ਇਹ ਸੇਵਾ ਨਹੀਂ ਹੈ? ਉਹ ਜਿਹੜੀਆਂ ਨਾਲ ਪੜ੍ਹਦੀਆਂ ਕੁੜੀਆਂ ਨੂੰ ਸਾਰਾ ਪਤਾ ਸੀ ਕਿਹੜੇ ਮੂੰਹ ਨਾਲ ਗੁਰਦੁਆਰੇ ਗੁਰੂ ਨੂੰ ਮੱਥਾ ਟੇਕਣ ਆਉਣਗੀਆਂ, ਤੁਹਾਡੀ ਜ਼ਿੰਮੇਵਾਰੀ ਨਹੀਂ ਸੀ? ਤੁਹਾਨੂੰ ਯਾਦ ਨਹੀਂ ਉਸ ਬੱਚੀ ਦੇ ਮਾਪੇ ਵੀ ਉਹਦਾ ਪਿਓ ਕਿਵੇਂ ਮੂੰਹ ਦਿਖਾਊ ਲੋਕਾਂ ਨੂੰ ਵੀ ਇਹਦਾ ਇਹੋ ਜਿਹਾ ਕਰਦੀ ਸਕੂਲ ਕਾਲਜ ਆ ਕੇ? ਜ਼ਿੰਮੇਵਾਰੀ ਨਹੀਂ ਸੀ ਬਣਦੀ? ਇਹ ਸਰਬੱਤ ਦੇ ਬਲੇ ਚ ਨਹੀਂ ਆਉਂਦੇ ਇਹ ਕੰਮ? ਇਹ ਸੇਵਾ ਨਹੀਂ ਹੈ? ਇਹ ਧਰਮ ਨਹੀਂ ਹੈ? ਅਸੀਂ ਕਿਉਂ ਨਹੀਂ ਦੱਸਦੇ ਜੀ? ਜਦੋਂ ਸਾਨੂੰ ਪਤਾ ਲੱਗਦਾ ਹੈ ਵੀ ਆਪਣੇ ਪਿੰਡ ਚ ਆਹ ਗੱਲ ਹੋ ਸਕਦੀ ਹੈ, ਅਸੀਂ ਸਮਝੀਏ ਆਪਣੀਆਂ ਜ਼ਿੰਮੇਵਾਰੀਆਂ, ਪਛਾਣੇ ਫਰਜ਼ ਆਪਾਂ, ਤੇ ਕਰਨਾ ਪੈਣਾ ਸਾਨੂੰ ਸ਼ੁਰੂ ਇਹ ਕੰਮ, ਜ਼ਿੰਮੇਵਾਰੀ ਸਮਝਣੀ ਪੈਣੀ ਹੈ। ਸਰਬੱਤ ਦੇ ਬਲੇ ਚ ਆਉਂਦਾ ਜੀ ਇਹ ਸਾਰਾ ਕੁਝ। ਬੇਨਤੀ ਪ੍ਰਵਾਨ ਕਰਿਓ ਆ, ਹੁਣ ਆ ਧਿਆਨ ਰੱਖਿਓ ਸਾਰੇ ਪੰਚਾਇਤ ਵਾਲੇ ਸੱਜਣ ਵੀ ਜੇ ਤੁਸੀਂ ਬੈਠੇ ਸੁਣ ਰਹੇ ਹੋ ਨਾ, ਆ ਸਕੂਲਾਂ ਚ ਬਦਾਇਗੀ ਪਾਰਟੀਆਂ ਹੁੰਦੀਆਂ ਨੇ, ਗਿਆਰਵੀਂ ਵਾਲੇ ਬੱਚੇ ਬਾਰਵੀਂ ਵਾਲੇ ਨੂੰ ਬਦਾਇਗੀ ਪਾਰਟੀ ਦਿੰਦੇ ਆ, ਨੌਵੀਂ ਵਾਲੇ ਬੱਚੇ ਦਸਵੀਂ ਵਾਲੇ ਨੂੰ ਪਾਰਟੀ ਦਿੰਦੇ ਆ। ਇਹਨਾਂ ਬਦਾਇਗੀ ਪਾਰਟੀਆਂ ਦੇ ਨਾਂ ਤੇ ਕਈ ਸਕੂਲਾਂ ਦੇ ਵਿੱਚ ਡੀਜੇ ਲਾ ਕੇ ਗੰਦ ਪਾਇਆ ਜਾਂਦਾ ਹੈ, ਕੁੜੀਆਂ ਮੁੰਡਿਆਂ ਤੇ ਕਮੈਂਟ ਲਾਉਂਦੀਆਂ ਨੇ, ਮੁੰਡੇ ਕੁੜੀਆਂ ਤੇ ਗੀਤਾਂ ਰਾਹੀਂ ਕਮੈਂਟ ਲਾਉਂਦੇ ਨੇ, ਫਿਰ ਉਹ ਕਮੈਂਟ ਡੈਡੀਕੇਟ ਕਰਕੇ ਲਾਉਂਦੇ ਨੇ ਜਦੋਂ, ਤੇ ਉਹ ਫਿਰ ਜਿਹੜੀ ਕੁੜੀ ਤੇ ਕਮੈਂਟ ਲੱਗਦਾ ਉਹ ਆ ਕੇ ਨੱਚਦੀ ਹੈ ਪਿੰਡ ਚ, ਜਿਹੜੇ ਮੁੰਡੇ ਤੇ ਕਮੈਂਟ ਲੱਗਦਾ ਉਹ ਆ ਕੇ ਨੱਚਦਾ ਹੈ। ਸਾਡੇ ਟੀਨੇਜ਼ਰ ਬੱਚੇ ਇਹ ਟੀਚਰਾਂ ਦੇ ਸਾਹਮਣੇ ਗੰਦੇ ਗੀਤਾਂ ਤੇ ਸਕੂਲ ਚ ਨੱਚ ਕੇ ਮੁੜ ਆਉਂਦੇ ਆ, ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿੱਡਾ ਗੰਦ ਪੈ ਰਿਹਾ। ਕੀ ਇਹ ਬਦਾਇਗੀ ਪਾਰਟੀਆਂ ਕਰਨ ਦਾ ਢੰਗ ਹੈ? ਇਹ ਜਿਹੜੇ ਬੀਜੇ ਹੋਏ ਕੰਡੇ ਆ ਨਾ, ਜਾਂ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹਾਂ ਨਾਲ ਨਹੀਂ ਖੁੱਲਣੀਆਂ।
ਆ ਜਮਨਾ ਨਗਰ ਦੀ ਘਟਨਾ ਵਾਪਰੀ। ਇੱਕ ਨਿਆਣੇ ਨੂੰ ਪ੍ਰਿੰਸੀਪਲ ਨੇ ਘੂਰਿਆ ਤੇ ਉਹਨੇ ਘਰੋਂ ਰਿਵਾਲਵਰ ਚੱਕਿਆ, ਉਹਦੇ ਪਿਓ ਵਾਲਾ ਤੇ ਪ੍ਰਿੰਸੀਪਲ ਮਾਰਤੀ। ਨਿਹਾਲ ਸਿੰਘ ਵਾਲੇ ਕੋਲ ਇੱਕ ਪਿੰਡ ਦੀ ਘਟਨਾ ਹੈ, 17 ਸਾਲ ਦਾ ਮੁੰਡਾ ਤੇ 17 ਸਾਲ ਦੀ ਕੁੜੀ ਜ਼ਹਿਰ ਖਾ ਕੇ ਮਰ ਗਏ, ਕਹਿੰਦੇ ਇਸਦਾ ਵਿਆਹ ਕਰਵਾਉਣਾ। ਹਾਲਾਤ ਦੇਖੋ ਤੁਸੀਂ ਕੀ ਬਣ ਗਏ ਇਹ, ਕਿ ਕਿਵੇਂ ਕਿੱਥੇ ਇਹ ਹਾਲਾਤ, ਇਹ ਕਿਉਂ ਹੋਇਆ? ਕਿਉਂਕਿ ਸਕੂਲਾਂ 'ਚ ਗੰਦ ਪੈਣ ਲੱਗ ਗਿਆ। ਅਸੀਂ ਸਕੂਲਾਂ 'ਚ ਆਪਣੀਆਂ ਧੀਆਂ ਨੂੰ ਭੇਜਦੇ ਹਾਂ, ਸਕੂਲਾਂ 'ਚ ਆਪਣੀਆਂ ਭੈਣਾਂ ਨੂੰ ਭੇਜਦੇ ਹਾਂ, ਕਿੱਡੀ ਜ਼ਿੰਮੇਵਾਰੀ ਨਾਲ ਅਸੀਂ ਟੀਚਰਾਂ ਕੋਲ ਭੇਜਦੇ ਹਾਂ, ਤੇ ਕਦੇ ਅਸੀਂ ਸਕੂਲ 'ਚ ਜਾ ਕੇ ਸਵਾਲ ਕੀਤਾ ਵੀ ਤੁਸੀਂ ਸਾਡੀਆਂ ਕੁੜੀਆਂ ਨੂੰ ਨਚਾਈ ਜਾਂਦੇ ਹੋ? ਭਾਈ, ਅਸੀਂ ਆਪਦੀਆਂ ਕੁੜੀਆਂ ਨਚਾਰਾਂ ਥੋੜ੍ਹੀ ਬਣਾਉਣੀਆਂ ਸਕੂਲਾਂ 'ਚ ਭੇਜ ਕੇ, ਤੇ ਨਚਾਰਾਂ ਵਾਂਗ ਭੇਜਦੇ ਆਪਾਂ ਕੁੜੀਆਂ ਨੂੰ? ਕੁੜੀਆਂ ਦੇ ਕਾਲਜਾਂ 'ਚ ਗਾਇਕਾਂ ਦੇ ਅਖਾੜੇ ਲੱਗਦੇ ਆ, ਉੱਤੇ ਵੱਡੀਆਂ ਵੱਡੀਆਂ ਫਲੈਕਸਾਂ ਲਾਈਆਂ ਹੁੰਦੀਆਂ ਵੀ ਇਸ ਗਰਲਜ਼ ਕਾਲਜ ਵਿੱਚ ਫਲਾਨਾ ਗਾਇਕ ਆ ਰਿਹਾ। ਉਹ ਦੁੱਧੀ ਦਾ ਬੰਦਾ ਸਟੇਜ ਤੇ ਖੜ ਕੇ ਗੰਦੇ ਗੰਦੇ ਗੀਤ ਗਾਉਂਦਾ, ਗੰਦੇ ਗੰਦੇ ਉੱਥੇ ਇਸ਼ਾਰੇ ਹੁੰਦੇ ਆ, ਸਾਡੀਆਂ ਮੁਟਿਆਰ ਕੁੜੀਆਂ ਥੱਲੇ ਬੈਠੀਆਂ ਸੁਣਦੀਆਂ। ਕਿ ਸਾਡੀ ਅਣਖ ਜਾਗਦੀ ਨਹੀਂ ਕਿ ਅਸੀਂ ਕਾਲਜ ਵਿੱਚ ਆਪਣੀ ਧੀ ਨੂੰ ਇੱਕ ਮਸਟੰਡੇ ਗਾਇਕ ਦੇ ਗੀਤਾਂ ਤੇ ਨੱਚਣ ਭੇਜਿਆ, ਇੱਕ ਪੜ੍ਹਨ ਭੇਜਿਆ ਸੀ ਉਹਨੂੰ ਕਾਲਜ? ਸਾਡੀ ਧੀ ਸਾਡੇ ਘਰੋਂ ਸਾਡੇ ਸਾਹਮਣੇ ਤਿਆਰ ਹੋ ਕੇ ਜਾਂਦੀ, ਕਦੇ ਅਸੀਂ ਆਪਦੀ ਧੀ ਦੀ ਬਾਂਹ ਫੜ ਕੇ ਪੁੱਛਿਆ ਵੀ ਪੁੱਤ ਕਿੱਥੇ ਜਾਣੀ ਹੈ? ਸਕੂਲ ਵਾਲੀ ਵਰਦੀ ਤੇ ਤੂੰ ਅੱਜ ਪਾਈ ਨਹੀਂ। ਉਹ ਕਵੇ ਅੱਜ ਤਾਂ ਸਾਡੇ ਸਕੂਲ 'ਚ ਪਾਰਟੀ ਹੈ, ਤੇ ਕਵੋ ਅੱਗ ਲੱਗੇ ਜੀ ਪਾਰਟੀ ਨੂੰ, ਆਪਾਂ ਨਹੀਂ ਜਾਣਾ ਬੈਠੇ ਇੱਥੇ ਟੇਕ ਕੇ ਗੰਦ। ਅਜੇ ਸਾਡੇ ਪਿੰਡ ਦੇ ਸਕੂਲ 'ਚ ਵੀ ਅਸੀਂ ਟੀਚਰਾਂ ਨੂੰ ਮਿਲੇ ਹਾਂ, ਉਹ ਬੜੀ ਖੁਸ਼ੀ, ਸਾਡੇ ਪਿੰਡ ਸਕੂਲ 'ਚ 3 ਸਾਲ ਹੋ ਗਏ, ਨਹੀਂ ਇਹ ਗੰਦ ਪੈ ਰਿਹਾ, ਬੰਦ ਹੈ ਜੀ। ਵਿਦਾਇਗੀ ਪਾਰਟੀ ਕਰਨੀ ਕੋਈ ਢੰਗ ਹੁੰਦਾ? ਭਾਈ ਵਿਦਾਇਗੀ ਪਾਰਟੀ ਕਰੋ, ਬੱਚਿਆਂ ਦੇ ਮਾਪਿਆਂ ਨੂੰ ਬੁਲਾਓ, ਪਿੰਡ ਦੇ ਮੋਹਤਬਰ ਸੱਜਣਾਂ ਨੂੰ ਬੁਲਾਓ, ਉੱਥੇ ਖੜ ਕੇ ਕੋਈ ਚੱਜ ਦੀਆਂ ਵਿਚਾਰਾਂ ਕਰੋ, ਦੱਸੋ। ਸਕੂਲ ਦਾ ਪ੍ਰਿੰਸੀਪਲ ਬੋਲੇ, ਬੱਚਿਓ ਤੁਸੀਂ 12 ਸਾਲ ਸਾਡੇ ਕੋਲ ਪੜ੍ਹੇ ਹੋ, ਆਹ ਤੁਹਾਡੇ ਮਾਪੇ ਖੜੇ ਬੈਠੇ ਨੇ ਇੱਥੇ, ਤੁਹਾਡੇ ਪਿੰਡ ਦੇ ਮੋਹਤਬਰ ਸੱਜਣ ਬੈਠੇ ਨੇ, ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ, ਸਾਡੇ ਨਾਲ ਇੱਕ ਵਾਅਦਾ ਕਰੋ ਪੁੱਤ, ਕਿ ਸਾਰੀ ਜ਼ਿੰਦਗੀ ਤੁਸੀਂ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰੋਗੇ ਜਿਹਦੇ ਕਰਕੇ ਤੁਹਾਡੇ ਮਾਪਿਆਂ ਦੀ ਪੱਗ ਨੂੰ ਦਾਗ ਲੱਗੇ, ਤੁਹਾਡੇ ਪਿੰਡ ਦਾ ਨਾਂ ਖਰਾਬ ਹੋਵੇ, ਤੁਸੀਂ ਇਹੋ ਜਿਹਾ ਕੰਮ ਨਹੀਂ ਕਰਨਾ, ਵਾਅਦਾ ਕਰਕੇ ਜਾਓ, ਅੱਜ ਤੁਹਾਨੂੰ ਵਿਦਾਇਗੀ ਪਾਰਟੀ ਹੈ। ਅਕਲ ਦੇ ਕੇ ਤੁਹਾਨੂੰ ਪੁੱਠੇ ਕੰਮ ਤਾਂ ਬਹੁਤ ਗਲਤ ਥਾਵਾਂ ਤੇ ਹੋਈ ਜਾਂਦੇ ਆ ਜੀ, ਸਕੂਲਾਂ 'ਚ ਵੀ ਡੀਜੇ ਲੱਗਣ ਲੱਗ ਗਏ ਤੇ ਕਸਰ ਕਿੱਥੇ ਰਹਿ ਗਈ? ਇਸ ਲਈ ਸਾਨੂੰ ਸੋਚਣਾ ਪੈਣਾ ਜ਼ਰੂਰ, ਜਿਨ੍ਹਾਂ ਦੀਆਂ ਧੀਆਂ ਨਾ ਕਾਲਜਾਂ 'ਚ ਪੜ੍ਹਦੀਆਂ ਨੇ, ਫੀਡਬੈਕ ਲਿਆ ਕਰੋ ਵੀ ਉਸ ਕਾਲਜ ਦਾ ਮਾਹੌਲ ਕੀ ਹੈ, ਉੱਥੇ ਕਿੱਦਾਂ ਦੇ ਫੰਕਸ਼ਨ ਹੋ ਰਹੇ ਆ। ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਆ, ਆਪੋ ਆਪਣੇ ਪਿੰਡਾਂ ਦੇ ਸਕੂਲਾਂ ਦੀ ਫੀਡਬੈਕ ਲਓ ਵੀ ਉੱਥੇ ਟੀਚਰ ਜ਼ਿੰਮੇਵਾਰੀ ਨਿਭਾ ਰਹੇ ਨੇ, ਜਿਹੜੇ ਨਿਭਾ ਰਹੇ ਨੇ ਮੁਬਾਰਕ ਹੈ। ਤੇ ਜੇ ਭਾਈ ਟੀਚਰਾਂ ਦੇ ਸਾਹਮਣੇ ਸਾਡੀਆਂ ਮੁਟਿਆਰ ਕੁੜੀਆਂ ਮੁਟਿਆ ਨੌਜਵਾਨ ਮੁੰਡੇ ਇੱਕ ਦੂਜੇ ਤੇ ਕਮੈਂਟ ਕਰ ਕਰਕੇ ਨੱਚ ਕੇ ਮੁੜੇ ਆਉਂਦੇ ਆ, ਇਹ ਤਾਂ ਨੱਕ ਡਵੋ ਕੇ ਮਰ ਜਾਣਾ ਚਾਹੀਦਾ ਉਹ ਜੇ ਟੀਚਰਾਂ ਨੂੰ ਵੀ ਤੇ ਉਸ ਪਿੰਡ ਦੇ ਪ੍ਰਬੰਧਕਾਂ ਨੂੰ ਵੀ। ਇਹਨਾਂ ਕੰਮਾਂ ਲਈ ਨਹੀਂ ਬਣੇ ਹੋਏ ਸਕੂਲ, ਆ ਕਾਮ ਦੀ ਅੱਗ ਭੜਕਾਉਣ ਵਾਲਾ ਤਾਂ ਗੰਦ ਹੋਰ ਥਾਵਾਂ ਤੇ ਬਹੁਤ ਪਈ ਜਾਂਦਾ, ਸਕੂਲਾਂ 'ਚ ਵੀ ਪਾਉਣ ਲੱਗ ਗਏ ਤੇ ਹਾਲਾਤ ਕਿੰਨੇ ਖਤਰਨਾਕ ਬਣ ਗਏ। ਕਦੇ ਉਸ ਪਿਓ ਨੂੰ ਪੁੱਛ ਕੇ ਦੇਖਿਓ ਜਿਹਦੀ ਧੀ ਨੇ ਉਹਦੀ ਪੱਗ ਰੋਲੀ, ਉਹਨੂੰ ਪੁੱਛਿਓ ਇੱਜ਼ਤ ਕੀ ਹੁੰਦੀ ਹੈ। ਇਹ ਜੇ ਦੂਜਿਆਂ ਦੇ ਘਰਾਂ 'ਚ ਅੱਗ ਲੱਗੀ ਹੈ, ਇਹ ਲਾਂਬੂ ਸਾਡੇ ਘਰੇ ਵੀ ਲੱਗ ਸਕਦਾ। ਇਸ ਲਈ ਸੁਚੇਤ ਹੋਵੇ, ਸੇਵਾ ਬਹੁਤ ਵੱਡੀ, ਇਹ ਟੀਚਰ ਸਾਰੇ ਸਮਝਣ, ਜਿਹੜੀਆਂ ਅਮੈਂਡਮੈਂਟ ਕਮੇਟੀਆਂ ਨੇ ਉਹ ਸਮਝੋ, ਗਲਤ ਕਾਲਜਾਂ ਦੇ ਵਿੱਚ ਆਪਾਂ ਮਿਲੀਏ ਉੱਥੇ ਜਾ ਕੇ ਕੋਸ਼ਿਸ਼ ਕਰੋ। ਘਰੋਂ ਸਾਡੀਆਂ ਬੱਚੀਆਂ ਜਾਂਦੀਆਂ ਨੇ ਪੜ੍ਹਨ ਖਾਤਰ, ਭਾਈ ਨਚਾਰਾਂ ਨਹੀਂ ਬਣਾਉਣਾ ਆਪਾਂ ਆਪਣੀਆਂ ਧੀਆਂ ਨੂੰ, ਸੋਚਣਾ ਪੈਣਾ, ਜ਼ਿੰਮੇਵਾਰ ਬਣਨਾ ਪੈਣਾ। ਬਾਅਦ 'ਚ ਅੱਖਾਂ 'ਚ ਘਸੁੰਨ ਦੇ ਕੇ ਰੋਣ ਦਾ ਕੋਈ ਫਾਇਦਾ ਨਹੀਂ ਹੈ। ਇਕੱਲੀਆਂ ਫੀਸਾਂ ਭਰਨਾ ਮਾਪਿਆਂ ਦੀ ਜ਼ਿੰਮੇਵਾਰੀ ਨਹੀਂ, ਫੀਡਬੈਕ ਵੀ ਲੈਣੀ ਹੁੰਦੀ ਆਪਾਂ।